ਜਿਹੜਾ ਸੁਭਾਅ ਹੈ ਇਹ ਪ੍ਰੋਪਰ ਪੈਟਰਨ ਹੁੰਦਾ ਹੈ ਸੋਚਣ ਦਾ ਬੰਦੇ ਦਾ ਪੈਟਰਨ ਬਣ ਜਾਂਦਾ ਮੰਨ ਕੇ ਚੱਲੋ ਇੱਕ ਸੁਭਾਅ ਇੱਕ ਪੈਟਰਨ ਹੁੰਦਾ ਪ੍ਰੋਪਰ ਪੈਟਰਨ ਬਣੀ ਜਾਂਦੇ ਨੇ ਸੋਚਦਾ ਕਿਵੇਂ ਆ ਸੋਚਦਾ ਕਿਵੇਂ ਆ ਸੋਚਦਾ ਕਿਵੇਂ ਆ ਮੂਡ ਬੰਦੇ ਦਾ ਮੰਨ ਕੇ ਚੱਲੋ 2-3 ਘੰਟੇ ਮੂਡ ਖਰਾਬ ਹੋ ਗਿਆ ਤਿੰਨ ਤਿੰਨ ਦਿਨ ਮੂਡ ਖਰਾਬ ਹੋ ਗਿਆ ਫਿਰ ਪ੍ਰੋਬਲਮ ਵੱਧ ਗਈ ਮਤਲਬ ਇਹ ਤਿੰਨ ਦਿਨ ਹੋ ਗਏ ਫਿਰ ਹੁਣ ਤਿੰਨ ਮਹੀਨੇ ਹੋ ਗਏ ਫਿਰ ਤੇ ਡਿਪਰੈਸ਼ਨ ਵਾਲੇ ਪਾਸੇ ਨੂੰ ਤੁਰ ਪਿਆ ਜੇ ਬੰਦਾ ਤਿੰਨ ਤਿੰਨ ਦਿਨ ਇੱਕੋ ਜੇ ਮੂਡ 'ਚ ਰਹਿੰਦਾ ਫਿਰ ਤੇ ਪਰਸਨੈਲਿਟੀ ਬਣ ਗਈ ਨਾ ਉਹਦੀ ਤਿੰਨ ਦਿਨ ਹੋ ਗਏ ਬੈਡ ਪਰਸਨੈਲਿਟੀ ਹੈ ਉਹ ਕਿਉਂਕਿ ਮੂਡ ਹੀ ਖਰਾਬ ਰਹਿੰਦਾ ਉਹਦਾ ਤਿੰਨ ਦਿਨ ਤੋਂ ਮੂਡ ਖਰਾਬ ਹੈ ਕਿ ਡੀਪ ਪ੍ਰੋਬਲਮ ਹੈ ਤਿੰਨ ਦਿਨ ਇੱਕ ਬੰਦਾ 3 ਘੰਟਿਆਂ ਦੇ ਵਿੱਚ 3 ਘੰਟੇ ਮੂਡ ਖਰਾਬ ਹੈ ਇਹ ਨੇਚੁਰਲ ਹੈ 3 ਘੰਟੇ ਮੂਡ ਖਰਾਬ ਹੋ ਜਾਂਦਾ ਹੈ ਮੂਡ ਹੈ ਬਸ ਇੱਥੇ ਇੱਕ ਤੱਕ ਹੈ ਪਰ ਜੇ 3 ਦਿਨ ਅਪਸੈਟ ਰਹਿੰਦਾ ਹੈ 3-3 ਮਹੀਨੇ ਅਪਸੈਟ ਰਹਿੰਦਾ ਹੈ ਫਿਰ ਭਾਈ ਇਹ ਪਰਸਨੈਲਿਟੀ ਹੀ ਇਦਾਂ ਦੀ ਬਣ ਜੂਗੀ ਬੰਦੇ ਦਾ ਸੋਚਣ ਦਾ ਇੱਕ ਪੈਟਰਨ ਬਣਦਾ ਰਹਿੰਦਾ ਆਪਣੇ ਦਿਮਾਗ ਵਿੱਚ ਉਹਦਾ ਸੋਚਣ ਦਾ ਇੱਕ ਨਜ਼ਰੀਆ ਬਣਦਾ ਰਹਿੰਦਾ ਪੈਟਰਨ ਉਹ ਹੈਬਿਟ ਬਣ ਜਾਂਦੀ ਹੈ ਉਹ ਆਦਤ ਬਣ ਜਾਂਦੀ ਹੈ ਥੋੜੀ ਬਹੁਤ ਚੇਂਜ ਹੁੰਦੀ ਹੈ ਜਦੋਂ ਕੋਈ ਉਹਦੇ ਤੋਂ ਵੱਖਰੇ ਪੈਟਰਨ ਵਾਲਾ ਉਹਦੀ ਲਾਈਫ ਚ ਆਵੇ ਜਿਵੇਂ ਹੁਣ ਮੰਨ ਲਓ ਆਪਾਂ ਸੋਚਦੇ ਕਿ ਮੈਂ ਆ ਤੁਸੀਂ ਹੁਣ ਆਪਣੇ ਆਪਣੇ ਤਰੀਕੇ ਨਾਲ ਸੋਚਦੇ ਹੋ ਪਰ ਜਦੋਂ ਮੈਂ ਇੱਥੇ ਆਇਆ ਮੇਰੇ ਵਾਲਾ ਪੈਟਰਨ ਮੈਂ ਤੁਹਾਨੂੰ ਦਿੱਤਾ ਵੀ ਮੈਂ ਇਦਾਂ ਸੋਚ ਰਿਹਾ ਮੈਂ ਪੋਜੀਟਿਵ ਖਿਆਲ ਲਿਆਂਦੇ ਮੈਂ ਆ ਕੀਤਾ ਮੈਂ ਆ ਕੀਤਾ ਮੇਰਾ ਮਾਈਂਡ ਕੈਂਪ ਵਿੱਚ ਇਦਾਂ ਲਾਇਆ ਮੈਂ ਲਾ ਲੈਣਾ ਮੈਂ ਰਿਲੈਕਸ ਆ ਕੀ ਹੋਇਆ ਮੇਰੇ ਪੈਟਰਨ ਨੇ ਕਰਕੇ 2 ਘੰਟੇ ਲਈ 3 ਘੰਟੇ ਲਈ ਘੰਟੇ ਲਈ ਸਾਡਾ ਪੈਟਰਨ ਵੀ ਕਾਪੀ ਕਰ ਗਿਆ ਸਾਡੀ ਮੇਰੀ ਕਾਪੀ ਕਰ ਗਿਆ ਪਰ ਵਾਪਸ ਉਹਨੇ ਉੱਥੇ ਹੀ ਜਾਣਾ ਜੋ ਤੁਹਾਡਾ ਆਪਣਾ ਪੈਟਰਨ ਜੋ ਤੁਹਾਡਾ ਆਪਣਾ ਤੁਹਾਡੀ origignal personality ਕਿਵੇਂ ਦੀ ਹੈ ਤੁਸੀਂ ਸੋਚਦੇ ਕਿਵੇਂ ਹੋ ਉਹਨੇ ਫਟ ਕੈਚ ਕਰਨਾ ਕਿਉਂਕਿ ਉਹ ਪੈਟਰਨ ਤੁਹਾਡਾ ਅੱਜ ਦਾ ਨਹੀਂ ਬਣਿਆ ਬੜਿਆਂ ਸਾਲਾਂ ਦਾ ਬਣਿਆ ਹੌਲੀ-ਹੌਲੀ ਬਣਿਆ ਉਹ ਉਹ ਕਿਸੇ ਨਾ ਕਿਸੇ ਤਰੀਕੇ ਦੁਆਰਾ ਬਣਿਆ ਸਾਡੇ ਫੈਮਿਲੀ ਦੁਆਰਾ ਹੁੰਦਾ ਹੈ ਡੀਐਨਏ ਸਾਡਾ ਪਰਿਵਾਰ ਕਿਵੇਂ ਦਾ ਸੀ ਸਾਡੀ ਪਰਵਰਿਸ਼ ਕਿਵੇਂ ਹੋਈ ਹੈ ਸਾਡੀ ਕੱਦ ਕਾਠੀ ਕਿਵੇਂ ਦੀ ਹੈ ਸਾਡਾ ਰੰਗ ਕਿਵੇਂ ਦਾ ਹੈ ਸੀ ਅਸੀਂ ਅਸੀਂ ਕਿਸ ਮਾਹੌਲ 'ਚ ਰਹਿ ਰਹੇ ਆ ਅਸੀਂ ਕਿਵੇਂ ਸਰਵਾਈਵ ਕਰਦੇ ਆ ਉਹ ਸਾਡਾ ਇੱਕ ਸੋਚਣ ਦਾ ਪੈਟਰਨ ਜਿਹੜਾ ਉੱਥੋਂ ਹੌਲੀ-ਹੌਲੀ ਹੌਲੀ-ਹੌਲੀ ਬਣ ਜਾਂਦਾ ਹੈ ਫਿਰ ਬੰਦਾ ਉਵੇਂ ਹੀ ਸੋਚਦਾ ਹੈ ਹਰ ਗੱਲ ਨੂੰ ਉਹਦਾ ਉਹਦਾ ਸੋਚਣ ਦਾ ਨਜ਼ਰੀਆ ਜਿਹੜਾ ਉਹਦਾ ਪੈਟਰਨ ਫਿਰ ਉਸ ਹਾਵਨ ਵਾਲੀ ਬਣ ਜਾਂਦਾ ਹੁਣ ਪੈਟਰਨ ਚੇਂਜ ਕਰਨਾ ਜਿਹੜਾ ਇਹ ਬਹੁਤ ਹਾਰਡ ਹੁੰਦਾ ਹੈ ਮਤਲਬ ਉਹੀ ਕਰ ਸਕਦਾ ਜਿਸ ਬੰਦੇ ਨੇ ਆਪਣਾ ਸੋਚਣ ਦਾ ਪੈਟਰਨ ਗਲਤ ਬਣਾਇਆ ਹੋਵੇ ਉਹਦਾ ਪੁਆਇੰਟ ਆਫ View ਗਲਤ ਬਣ ਗਿਆ ਉਹਦਾ ਨਜ਼ਰੀਆ ਗਲਤ ਬਣ ਗਿਆ ਹਰ ਚੀਜ਼ ਨੂੰ ਵੇਖਣ ਅਨਸਾਰੀ ਨਜ਼ਰੀਆ ਗਲਤ ਬਣ ਜਾਣਾ ਪੈਟਰਨ ਹੀ ਇਦਾਂ ਦਾ ਬਣ ਜਾਣਾ ਉਸ ਨੂੰ ਤਾਂ ਚੇਂਜ ਕੀਤਾ ਜਾ ਸਕਦਾ ਹੈ ਜੇ ਬੰਦਾ ਆਪ ਬਹੁਤ ਮਿਹਨਤ ਕਰਕੇ ਚੇਂਜ ਕਰਨਾ ਚਾਵੇ ਤਾਂ ਆਦਤਾਂ ਬਦਲਦੀਆਂ ਨੇ ਉਹ ਸੁਣਿਆ ਨਾ ਬੁੱਲੇ ਸ਼ਾਹ ਦਾ ਮੇਰੇ ਕਹ ਬੁੱਲੇ ਸ਼ਾਹ ਆਦਤਾਂ ਜਾਣਦੀਆਂ ਨੇ ਭਾਵੇਂ ਕੱਟੀਆਂ ਪੂਰੀਆਂ ਪੂਰੀਆਂ ਨੇ ਹੈਬਿਟਸ ਜਿਹੜੀਆਂ ਨੇ ਬਹੁਤ ਔਖੀਆਂ ਚੇਂਜ ਹੁੰਦੀਆਂ ਨੇ ਪਰ ਇੰਨਾ ਬਹੁਤ ਵੱਡਾ ਸ਼ੁਕਰ ਹੁੰਦਾ ਹੈ ਕਿ ਤੁਹਾਨੂੰ ਆਇਡੈਂਟੀਫਾਈ ਹੋਵੇ ਕਿ ਹਾਂ ਮੇਰੀ ਆ ਹੈਬਿਟ ਗਲਤ ਹੈ ਉਸ ਤੋਂ ਬਾਅਦ ਫਿਰ ਅਸੀਂ ਉਹਦੇ ਤੇ ਵਰਕ ਸਟਾਰਟ ਕਰੀਏ ਕਿ ਮੈਂ ਹੁਣ ਇਹਨੂੰ ਹੌਲੀ-ਹੌਲੀ ਚੇਂਜ ਕਰਨਾ ਮੇਰਾ ਪੁਆਇੰਟ ਆਫ View ਇਦਾਂ ਦਾ ਹੈ ਮੈਂ ਇਹਨੂੰ ਹੌਲੀ-ਹੌਲੀ ਚੇਂਜ ਕਰਨਾ ਜਦੋਂ ਅਸੀਂ ਏਦਾਂ ਸੋਚਾਂਗੇ ਫਿਰ ਅਸੀਂ ਕੋਈ ਨਾ ਕੋਈ ਕੋਈ ਨਾ ਕੋਈ ਰਾਹ ਲੱਭਾਂਗੇ ਉਹਦੇ ਲਈ ਚਾਹੇ ਕਿਵੇਂ ਬਦਲੀਏ ਅਸੀਂ ਜ਼ਰੂਰ ਬਦਲ ਜਾਾਂਗੇ ਜਰੀਆ ਭਾਵੇਂ ਕੋਈ ਕੈਂਪ ਬਣੇ ਚਾਹੇ ਕੋਈ ਕਿਤਾਬ ਬਣੇ ਚਾਹੇ ਕੋਈ ਸਾਈਕਾਲੋਜਿਸਟ ਬਣੇ ਉਹ ਤੁਹਾਡੇ ਸੋਚਣ ਦਾ ਪੈਟਰਨ ਬਦਲਦੇ ਨੇ ਸਾਈਕਾਲੋਜਿਸਟ ਕੀ ਕਰਦੇ ਨੇ ਜਿਹੜੇ ਸਾਲ-ਸਾਲ ਸੈਸ਼ਨ ਦਿੰਦੇ ਤੁਹਾਨੂੰ ਸਾਲ-ਸਾਲ ਸੈਸ਼ਨ ਜਿਹੜੇ ਦਿੰਦੇ ਨੇ ਉਹ ਤੁਹਾਨੂੰ ਸਾਈਕਾਲੋਜਿਸਟ ਕੀ ਸਮਝਾਉਂਦੇ ਨੇ ਕਿ ਤੇਰੇ ਸੋਚਣ ਦਾ ਪੈਟਰਨ ਹੈ ਜਿਹੜਾ ਗਲਤ ਹੈ ਇਹਨੂੰ ਇਦਾਂ ਨਹੀਂ ਇਦਾਂ ਸੋਚ। ਇ ਇੱਥੇ ਨਾ ਆ ਖਿਆਲ ਲਿਆ। ਇੱਥੇ ਤੂੰ ਇਦਾਂ ਸੋਚਣਾ। ਹੁਣ ਉਹ ਇੱਕ ਹਫਤਾ ਇੱਕ ਵੀਕ ਉਹਦਾ ਆਪਣਾ ਸੈਸ਼ਨ ਲਿਆ। ਇੱਕ ਦੋ ਦਿਨ ਅਸਰ ਰਿਆ ਫਿਰ ਦੂਜਾ ਦਿਨ ਸੈਸ਼ਨ ਫਿਰ ਤੀਜਾ ਸੈਸ਼ਨ ਫਿਰ ਚੌਥਾ ਸੈਸ਼ਨ ਫਿਰ ਪੰਜਵਾਂ ਸੈਸ਼ਨ ਛੇਵਾਂ ਸੈਸ਼ਨ। ਕਈ ਲੋਕ ਸਾਲ-ਸਾਲ ਦੋ-ਦੋ ਸਾਲ ਸੈਸ਼ਨ ਲੈਂਦੇ ਆ ਉਹ ਟ੍ਰੋਮੇ ਦੇ ਵਿੱਚੋਂ ਫੇਰ ਬਾਹਰ ਆਉਂਦੇ ਆ। ਉਹ ਵੀ ਉਹ ਜਿਹੜੇ ਲਗਾਤਾਰ ਲੱਗੇ ਰਹਿੰਦੇ ਨੇ ਵੀ ਯਾਰ ਮੇਰਾ ਪੈਟਰਨ ਸੱਚੀ ਗਲਤ ਹੋ ਗਿਆ ਮੈਂ ਠੀਕ ਕਰਨਾ ਹੈ ਅੱਛਾ ਇਦਾਂ ਵੀ ਹੋ ਸਕਦਾ ਜੇ ਮੈਂ ਤੁਹਾਨੂੰ ਦੱਸਿਆ ਸੀ ਵੀ 6ਵੇਂ ਕੇ ਸੈਸ਼ਨ ਦੇ ਜਾ ਕੇ ਸ 7ਵੇਂ 8ਵੇਂ ਦੇ ਵਿੱਚ ਮੈਨੂੰ ਲੱਗਿਆ ਵੀ ਇਹ ਇਹ ਮੈਨੂੰ ਕੀ ਸਿਖਾਉ ਇਹਨੂੰ ਕੀ ਪਤਾ ਮੇਰੀ ਪ੍ਰੋਬਲਮ ਦਾ ਮਤਲਬ ਇਦਾਂ ਹੋ ਜਾਣਾ ਬ੍ਰੇਨ ਨੇ ਚੱਕ ਲੈਣਾ ਵੀ ਜਦੋਂ ਪ੍ਰੋਬਲਮ ਮੇਰੀ ਹੈ ਯਾਰ ਮੈਨੂੰ ਪਤਾ ਮੇਰੀ ਪ੍ਰੋਬਲਮ ਕੀ ਹੈ ਇਹਨੂੰ ਸਾਈਕੋਲੋਜਿਸਟ ਨੂੰ ਮੇਰਾ ਕੀ ਪਤਾ ਹੈ ਇਹ ਮੈਨੂੰ ਕਿਵੇਂ ਚੇਂਜ ਕਰ ਦੂ ਬਸ ਇਦਾਂ ਦੇ ਖਿਆਲ ਆਏ ਬ੍ਰੇਨ ਨੇ ਉਸ ਆਕਾਲੋ ਜਿਸ ਨੂੰ ਰਿਜੈਕਟ ਕਰਤਾ 6 ਮਹੀਨੇ ਸੈਸ਼ਨ ਲਏ 10 ਸੈਸ਼ਨ ਲਏ 8 ਲੈ ਲੋਕ ਸੈਸ਼ਨ ਲੈ ਕੇ ਛੱਡ ਦਿੰਦੇ ਸਕਾਲੋਜਿਸਟ ਵੀ ਉਹਨੂੰ ਹੀ ਠੀਕ ਕਰ ਸਕਦਾ ਜਿਹੜਾ ਠੀਕ ਹੋਣਾ ਚਾਹੁੰਦਾ ਹੈ ਉਹਨੂੰ ਹੀ ਬਦਲ ਸਕਦਾ ਜਿਹੜਾ ਬਦਲਣਾ ਚਾਹੁੰਦਾ ਨਹੀਂ ਤਾਂ ਬਦਲ ਹੀ ਨਹੀਂ ਸਕਦਾ ਚੇਂਜ ਹੀ ਨਹੀਂ ਕਰ ਸਕਦਾ ਉਹਦਾ ਪੈਟਰਨ ਉਦਾਂ ਦਾ ਬਣਿਆ ਹੁੰਦਾ ਸੁਭਾਅ ਇਦਾਂ ਦਾ ਬਣ ਜਾਂਦਾ ਉਹ ਫਿਰ ਸੋਚ ਹਰ ਵੇਲੇ ਸੋਚਣਾ ਹੀ ਉਹਨੇ ਉਸੇ ਹਿਸਾਬ ਨਾਲ ਹੁੰਦਾ ਹੁਣ ਅਸੀਂ ਕਿਰਪਾ ਕਰਕੇ ਤੁਸੀਂ ਇੰਨੇ ਦਿਨਾਂ ਦੇ ਇੱਥੇ ਲੱਗੇ ਹੋ ਤੁਸੀਂ ਸਾਹ ਦਾ ਪੈਟਰਨ ਵੇਖਿਆ ਵੀ ਮੇਰਾ ਸਾਹ ਲੰਬਾ ਹੈ ਹੁਣ ਕਈਆਂ ਨੂੰ ਹੁਣ ਪਤਾ ਲੱਗਿਆ ਹੋਣਾ ਵੀ ਮੈਂ ਤਾਂ ਸਾਹ ਉੱਤੇ ਉੱਤੇ ਜੀ ਲਈ ਜਾਂਦਾ ਮੇਰਾ ਸਾਹ ਤੇ ਤੁਨੀ ਤੱਕ ਜਾਂਦਾ ਹੀ ਨਹੀਂ ਕਈਆਂ ਦਾ ਸਾਹ ਬਹੁਤ ਗਹਿਰਾ ਜਾਂਦਾ ਲੰਬਾ ਹੋਲੀ-ਹੋਲੀ ਰਿਲੈਕਸ ਕਰਕੇ ਸਾਹ ਲੰਬਾ ੁੱੰਨੀ ਤੱਕ ਲਜਾਣਗੇ ਵਾਪਸ ਲਿਆਉਣਗੇ ਕਈ ਵਸ ਇੱਥੇ ਇੱਕ ਸਾਹ ਉਹਨਾਂ ਦਾ ਮੁੜੇ ਆਉਂਦਾ ਵਾਪਸ ਇਹ ਵੀ ਬੜੀ ਵੱਡੀ ਪ੍ਰੋਬਲਮ ਹੈ ਸਾਹ ਲੰਬੇ ਦੇ ਬੜੇ ਫਾਇਦੇ ਹੁੰਦੇ ਨੇ ਸਿਹਤ ਲਈ ਸਾਰੇ ਕੁਛ ਲਈ ਬਲੱਡ ਸਾਫ਼ ਕਰਨ ਵਾਸਤੇ ਉਹਦੇ ਬੜੇ ਫਾਇਦੇ ਨੇ ਇਹ ਵੱਖਰਾ ਚੈਪਟਰ ਹੈ ਪਰ ਸਾਨੂੰ ਸਾਹ ਦੇ ਪੈਟਰਨ ਦਾ ਪਤਾ ਲੱਗਾ ਕਿ ਨਹੀਂ ਲੱਗਾ ਦੱਸੋ ਸਾਰਿਆਂ ਨੂੰ ਇਹ ਪਤਾ ਲੱਗਾ ਮੇਰਾ ਸਾਹ ਲੰਬਾ ਜਾ ਨੋਰਮਲ ਸਾਹ ਮੈਂ ਲੰਬਾ ਜਾ ਲੈਣਾ ਕਿ ਛੋਟਾ ਲੈਣਾ ਇਹ ਵੀ ਚੇਤਾ ਰੱਖਿਓ ਜਦੋਂ ਤੁਸੀਂ ਜ਼ਿਆਦਾ ਖਿਆਲਾਂ 'ਚ ਖੋ ਜਾਂਦੇ ਹੋ ਉਦੋਂ ਸਾਹ ਤੁਹਾਡੇ ਛੋਟੇ ਹੋ ਜਾਂਦੇ ਨੇ ਗੁੱਸੇ 'ਚ ਹੁੰਨੇ ਹੋ ਛੋਟਾ ਸਾਹ ਲੈਨੇ ਹੋ ਇਰੀਟੇਟ ਹੁੰਨੇ ਹੋ ਛੋਟਾ ਲੈਨੇ ਹੋ ਓਵਰ ਥਿੰਕਰ ਹੁੰਨੇ ਹੋ ਛੋਟਾ ਸਾਹ ਲੈਨੇ ਹੋ ਜਦੋਂ ਤੁਸੀਂ ਸ਼ਾਂਤ ਹੋਵੋਗੇ ਸਾਹ ਤੁਹਾਡਾ ਆਪੇ ਗਹਿਰਾ ਚੱਲਦਾ ਜਦੋਂ ਤੁਸੀਂ ਰਿਲੈਕਸ ਹੋਵੋਗੇ ਤੁਹਾਡਾ ਸਾਹ ੰਨ ਤੁੰਨੀ ਤੱਕ ਜਾਂਦਾ ਉਦੋਂ ਇਹ ਤੁਸੀਂ ਪੈਟਰਨ ਸਾਹ ਦਾ ਵਾਚ ਕੀਤਾ ਹੋਣਾ ਹੈ ਧਿਆਨ ਦਿੱਤਾ ਹੋਣਾ ਹੈ ਕਿ ਸਾਹ ਕਿਵੇਂ ਚੱਲਦਾ ਇਹ ਪਤਾ ਲੱਗ ਗਿਆ ਫਿਰ ਤੁਹਾਨੂੰ ਜਿਹੜਾ ਜ਼ਰੂਰੀ ਚੀਜ਼ ਸੀ ਨਾ ਉਹ ਤੁਸੀਂ ਵਾਚ ਇਹ ਕਰੋ ਕਿ ਤੁਸੀਂ ਸਵੇਰ ਤੋਂ ਸ਼ਾਮ ਤੱਕ ਕਿਵੇਂ ਸੋਚਦੇ ਆ ਤੁਹਾਡਾ ਮੂਡ ਕਿਵੇਂ 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 ਹੁੰਦਾ ਲਗਾਤਾਰ ਇੰਨੇ ਦਿਨ ਹੁਣ ਲੱਗ ਗਏ ਆਪਣੇ ਤੇ ਸਾਨੂੰ ਇਥੋਂ ਆਈਡੀਆ ਲੱਗ ਜਾਣਾ ਚਾਹੀਦਾ ਕਿ ਮੈਂ ਸਵੇਰੇ ਉਹ ਅਗਲੇ ਘੰਟੇ ਅਗਲੇ ਘੰਟੇ ਹੋਰ ਅੱਗੇ ਹੋਰ ਅੱਗੇ ਹੋਰ ਅੱਗੇ ਮੈਂ ਕਿਵੇਂ ਪਲ 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 ਮੇਰਾ ਮੂਡ ਬਦਲਦਾ ਹੈ ਕਈ ਵਾਰੀ ਹੈਰਾਨੀ ਦੀ ਗੱਲ ਇਹ ਹੈ ਉਹੀ ਕਮਰਾ ਉਹੀ ਚੌਂਕੜਾ ਰੋਟੀ ਸੇਮ ਹੀ ਦੇ ਰਹੇ ਆਪਾਂ ਪਰ ਉੱਥੇ ਬੈਠਿਆਂ ਬੈਠਿਆਂ ਤੁਸੀਂ ਅੱਧਾ ਘੰਟਾ ਪਹਿਲਾਂ ਬਿਲਕੁਲ ਹੀ ਨੈਗੇਟਿਵ ਸੀ ਅਗਲੇ ਅੱਧੇ ਘੰਟੇ ਤੁਸੀਂ ਪ੍ਰੋਪਰ ਪੋਜ਼ਿਟਿਵ ਸਵੇਰ ਵਾਲੇ ਸੈਸ਼ਨ ਚ 네ਗੇਟਿਵ ਸੀ ਸ਼ਾਮ ਵਾਲੇ ਚ ਪੋਜ਼ਿਟਿਵ ਹੋ ਇਹਦਾ ਮਤਲਬ ਇਹ 네ਗੇਟਿਵਿਟੀ ਪੋਜ਼ਿਟਿਵਿਟੀ ਸਾਰੀ ਖੇਡ ਤੇਰੀ ਆਪਣੀ ਖੇਡੀ ਹੋਈ ਹੈ ਤੇਰੇ ਆਪਣੇ ਅੰਦਰ ਇਹ ਪੈਟਰਨ ਜਦੋਂ ਸਾਨੂੰ ਸਮਝ ਆ ਗਿਆ ਵੀ ਮੈਂ ਸੋਚਦਾ ਕਿਵੇਂ ਆ ਮੇਰਾ ਮਾਈਂਡ ਚੱਲਦਾ ਕਿਵੇਂ ਆ ਇਹ ਖਿਆਲ ਕਿਵੇਂ ਨੇ ਇਹ ਸਾਰੀ ਖੇਡ ਜਦੋਂ ਸਮਝ ਆਈ ਫੇਰ ਇਹ ਕਲੀਅਰ ਹੋਣਾ ਸਾਰਾ ਕੁਝ ਵੀ ਮੈਂ ਐਦਾਂ ਸੋਚਦਾ ਮੈਨੂੰ ਇਦਾਂ ਸੋਚਣਾ ਪੈਣਾ ਇੱਥੇ ਇੱਥੇ ਮੈਂ ਗਲਤਾਂ ਇਹ ਨਹੀਂ ਹੈ ਅਸੀਂ ਸਾਰੇ ਹੀ ਗਲਤਾਂ ਜਾਂ ਸਾਰੇ ਹੀ ਮਾੜਾ ਸੋਚਦੇ ਆ ਗਲਤ ਸੋਚਦੇ ਆ ਪਰ ਹਾਂ ਸਾਨੂੰ ਇੱਥੇ ਸਾਡੀਆਂ ਗਲਤੀਆਂ ਸਾਨੂੰ ਮਹਿਸੂਸ ਕਰਨੀਆਂ ਚਾਹੀਦੀਆਂ ਨੇ ਇਸ ਕਰਕੇ ਵੀ ਹੁਣ ਇੱਕ ਜਿਵੇਂ ਮੈਨੂੰ ਸਾਡੇ ਵੀਰ ਹੱਸਦਾ ਉੱਤੇ ਕਹਿੰਦਾ ਸੀ ਮੈਂ ਇਹ ਨਾ ਕੈਂਪ ਨਹੀਂ ਕਰਨਾ ਮੈਂ ਕਿਉਂ ਕਹਿੰਦਾ ਮੈਂ ਸਾਥ ਜਾਣਾ ਬਣ ਜਾ ਮੈਂ ਠੰਡਾ ਜਾਣਾ ਹੋ ਜੇ ਮੇਕਾ ਠੰਡੇ ਤੋਂ ਭਾਬ ਕੀ ਹੈ ਵੀ ਐਵੇਂ ਠੰਡਾ ਜਾ ਹੋ ਜਾ ਬਸ ਮਤਲਬ ਮੇਰਾ ਗੁੱਸਾ ਹੀ ਨਾ ਖਤਮ ਹੋ ਜਾ ਕਿਤੇ ਨਹੀਂ ਵੇਖੋ ਬੀਜਣੀ ਫਸਲ ਪੈਂਦੀ ਹੈ ਚੌਲ ਬੀਜਨੇ ਪੈਂਦੇ ਨੇ ਨਦੀਨ ਨਹੀਂ ਬੀਜਣਾ ਪੈਂਦਾ ਉਹ ਤਾਂ ਅਪੇਯੁਗ ਦਾ ਤਾਨੂੰ ਕੀ ਲੱਗਦਾ ਵੀ ਮੈਲ ਕਦੇ ਬੀਜਣੀ ਪਏਗੀ ਸਿੱਖਣੀ ਪਏਗੀ ਤੈਨੂੰ ਗਾਲ੍ਹਾਂ ਸਿੱਖਣੀਆਂ ਪੈਂਦੀਆਂ ਕਿਤੇ ਕਿਹੜੇ ਸਕੂਲ 'ਚ ਸਿਖਾਈਆਂ ਸੀ ਸਾਨੂੰ ਗੁੱਸਾ ਕਿਸੇ ਨੇ ਨਹੀਂ ਸਿਖਾਇਆ ਗੰਦ ਤੇ ਆਪੇ ਹੀ ਆ ਜਾਣਾ ਮੈਲ ਤੇ ਆਪੇ ਹੀ ਆ ਜਾਣੀ ਸਿੱਖਣੀਆਂ ਤੇ ਚੱਜ ਪੈਂਦੇ ਆ ਗੁਣ ਸਿੱਖਣੇ ਪੈਂਦੇ ਆ ਕੁਆਲਿਟੀ ਲਈ ਮਿਹਨਤਾਂ ਕਰਨੀਆਂ ਪੈਂਦੀਆਂ ਕੈਂਪ ਤੇ ਕੁਆਲਿਟੀ ਲਈ ਲੱਗਦੇ ਆ ਜਿਹੜੀ ਅੰਦਰ ਕਮੀਆਂ ਨੇ ਸਾਡੇ 'ਚ ਘਾਟਾਂ ਨੇ ਉਹ ਤੇ ਉਹ ਤੇ ਆਪੇ ਹੀ ਆ ਜਾਣੀਆਂ ਨੇ ਸਾਡੇ ਅੰਦਰ ਜੇ ਆਪਾਂ ਕਹੀਏ ਨਾ ਵੀ ਤੁਹਾਨੂੰ ਸਿੱਖਣਾ ਪਿਆਰ ਪੈਣਾ ਨਫ਼ਰਤ ਤੇ ਆਪੇ ਆ ਜਾਂਦੀ ਹੈ ਪਿਆਰ ਦੀ ਟ੍ਰੇਨਿੰਗ ਲੈਣੀ ਪੈਂਦੀ ਹੈ ਖਿੱਚ ਖਿੱਚ ਕੇ ਕਿਉਂਕਿ 네ਗੈਟਿਵਿਟੀ ਆਪੇ ਆ ਜਾਣੀ ਹੈ ਪੋਜ਼ਿਟਿਵਿਟੀ ਸਿੱਖਣੀ ਪੈਂਦੀ ਹੈ ਜੇਕਰ ਮੈਂ 네ਗੈਟਿਵਿਟੀ ਵੀ ਸਿੱਖਣੀ ਆਪੇ 네ਗੈਟਿਵਿਟੀ ਆਟੋਮੈਟਿਕ ਆਉਂਦੀ ਹੈ ਇਧਰ ਨੂੰ ਮਨ ਜ਼ਿਆਦਾ ਜਾਏਗਾ ਪੋਜ਼ਿਟਿਵਿਟੀ ਦੀਆਂ ਰਿਕੁਆਇਰਮੈਂਟਸ ਜ਼ਿਆਦਾ ਨੇ ਨੇਗੇਟਿਵਿਟੀ ਚ ਰਿਲੈਕਸ ਫੀਲ ਕਰਦਾ ਦਿਮਾਗ ਉਧਰ ਨੂੰ ਜਿਆਦਾ ਭੱਜਦਾ ਔਗਣਾ ਚ ਇਹਨੂੰ ਸਵਾਦ ਆਉਂਦਾ ਸਿੱਧੀ ਜੀ ਗੱਲ ਹੈ ਪਕੌੜਿਆਂ ਚ ਸਵਾਦ ਹੈ ਸੈਲਡ ਸਵਾਦ ਨਹੀਂ ਲੱਗਦਾ ਪਕੌੜੇ ਹੁਣ ਰੱਖ ਦੀਏ ਤੇ ਸਵਾਦ ਲੱਗਣਗੇ ਪਰ ਸਿਹਤ ਵਾਸਤੇ ਪਕੌੜੇ ਠੀਕ ਨਹੀਂ ਕਿ ਸੈਲਡ ਸਿੱਧੀ ਗੱਲ ਸੈਲਡ ਚੰਗਾ ਸਲਾਦ ਚੰਗਾ ਪਰ ਚੱਕਾਂਗੇ ਪਕੌੜੇ ਇਹ ਚੀਜ਼ਾਂ ਨਹੀਂ ਸਿਖਾਣ ਉਹਨੂੰ ਸਵਾਦ ਉਹਨਾਂ ਚੀਜ਼ਾਂ ਚ ਆਉਂਦਾ ਸੱਚੀ ਇਦਾਂ ਜੋ ਸਹੀ ਨਹੀਂ ਹਨ ਤੇ ਉਹ ਸਿਖਾਣਾ ਜਿਹੜਾ ਹੈ ਨਾ ਉਹ ਸਾਨੂੰ ਚੰਗਿਆਈ ਸਿੱਖਣੀ ਪੈਣੀ ਹੈ ਬੁਰਾਈ ਨਹੀਂ ਸਿੱਖਣੀ ਪੈਣੀ ਇਹ ਤੇ ਪਤਾ ਹੀ ਨਹੀਂ ਲੱਗਣਾ ਕਦੋਂ ਪ੍ਰਗਟ ਹੋ ਜਾਣੀ ਮਿਹਨਤ ਸਾਨੂੰ ਸਾਡੇ ਨੂੰ ਸਾਨੂੰ ਵਧੀਆ ਬਣਾਉਣ ਤੇ ਕਰਨੀ ਪੈਣੀ ਹੈ ਘਟੀਆਪਨ ਤਾਂ ਸਾਡੇ ਚ ਆ ਹੀ ਜਾਂਦਾ ਆ ਹੀ ਗਿਆ ਔਰ ਆ જ ਜਾਏਗਾ ਵਧੀਆ ਬਣਨਾ ਜਿਹੜਾ ਨਾ ਇਦੇ ਤੇ ਮਿਹਨਤ ਕਰਨੀ ਪੈਂਦੀ ਹੈ ਤੇ ਵਧੀਆ ਵੀ ਵਧੀਆ ਬੰਦਾ ਜਿਹੜਾ ਸਾਡਾ ਮੁਕਾਬਲਾ ਹੈ ਇਹ ਸਾਡਾ ਆਪਣੇ ਆਪ ਨਾਲ ਹੈ ਕਿਸੇ ਨਾਲ ਨਹੀਂ ਉਹ ਬਹੁਤ ਵਧੀਆ ਬਣ ਗਿਆ ਉਹ ਬਹੁਤ ਵਧੀਆ ਬਣ ਗਿਆ ਉਹ ਬਹੁਤ ਵਧੀਆ ਬਣ ਗਿਆ ਮੈਂ ਕਿੰਨਾ ਵਧੀਆ ਬਣ ਗਿਆ ਪਹਿਲਾਂ ਨਾਲੋਂ ਮੈਂ ਕਿੰਨਾ ਵਧੀਆ ਮੇਰੇ ਵਿੱਚ ਕੀ ਚੇਂਜ ਆਇਆ ਮੇਰੇ ਵਿੱਚ ਕੀ ਬਦਲਾਅ ਆਇਆ ਮੇਰਾ ਮੁਕਾਬਲਾ ਮੇਰੇ ਨਾਲ ਹੈ ਮੈਂ ਆਪਣਾ ਬੈਸਟ ਵਰਜਨ ਬੰਨਣਾ ਜਿਵੇਂ ਆਪਾਂ ਕਿਹਾ ਸੀ ਨਾ ਵੀ ਮੈਂ ਮੇਰਾ ਬੈਸਟ ਵਰਜਨ ਬੰਨਣਾ ਆਪਣੀਆਂ ਸਾਰੀਆਂ ਕਮੀਆਂ ਕਾਟਾਂ ਦੂਰ ਕਰਕੇ ਮੇਰਾ ਮੁਕਾਬਲਾ ਮੇਰੇ ਨਾਲ ਹੈ ਪਿਛਲੇ ਸਾਲ ਨਾਲੋਂ 6 ਮਹੀਨੇ ਬਾਅਦ ਬੜਾ ਵਧੀਆ ਹੋਇਆ 6 ਮਹੀਨੇ ਤੋਂ ਬਾਅਦ ਹੁਣ ਅੱਪ ਹੋਇਆ ਮਤਲਬ ਮੈਂ ਡਾਊਨ ਨਹੀਂ ਜਾ ਰਿਹਾ ਹਾਲਾਤਾਂ ਨੂੰ ਸਮਝਣ ਲੱਗ ਪਿਆ ਸਮਝਦਾਰ ਬਣ ਗਿਆ ਪਤਾ ਲੱਗ ਰਿਹਾ ਆਪਣਾ ਰਿਮੋਟ ਮੇਰੇ ਆਪਣੇ ਹੱਥ ਹੈ ਕੋਈ ਮੈਨੂੰ ਕਮੈਂਟ ਕਰਕੇ ਦੁਖੀ ਨਹੀਂ ਕਰ ਸਕਦਾ ਮੈਂ ਇਰੀਟੇਟ ਨਹੀਂ ਹੁੰਦਾ ਆਪਣੇ ਆਪ ਵਿੱਚ ਮੈਂ ਰਿਲੈਕਸ ਹਾਂ ਮਤਲਬ ਇਹ ਸਾਡਾ ਮੁਕਾਬਲਾ ਸਾਡੇ ਨਾਲ ਹੈ ਵਧੀਆ ਅਸੀਂ ਆਪਣੇ ਆਪ ਤੋਂ ਵੱਡਣਾ ਦੂਜੇ ਤੋਂ ਵਧੀਆ ਨਹੀਂ ਕਿਸੇ ਨਾਲ ਕੰਪੈਰੀசன் ਨਹੀਂ ਕਰਨਾ ਸੀ ਜਿਹੜਾ ਬੰਦਾ ਕਿਸੇ ਨਾਲ ਕੰਪੈਰੀசன் ਕਰਦਾ ਰਹਿੰਦਾ ਆਪਣੀਆਂ ਪ੍ਰਾਪਰਟੀਆਂ ਦਾ ਆਪਣੀਆਂ ਜ਼ਮੀਨਾਂ ਦਾ ਆਪਣੀਆਂ ਸ਼ਾਪਾਂ ਦਾ ਆਪਣੇ ਬਿਜ਼ਨਸ ਦਾ ਆਪਣੇ ਕੰਮ ਦਾ ਆਪਣੀ ਦਿਹਾੜੀ ਦਾ ਵੀ ਉਹ 500 ਕਮਾਉਂਦਾ ਮੈਂ 300 ਕਮਾਉਣਾ ਇਹ ਇੱਕ ਕੰਪੈਰੀਸ਼ਨ ਵਾਲਾ ਬੰਦਾ ਜ਼ਿੰਦਗੀ ਚ ਕਦੇ ਸੁખી ਨਹੀਂ ਹੋ ਸਕਦਾ ਕਦੇ ਕੰਪੈਰੀਸ਼ਨ ਨਾ ਕਰੋ ਕਿਸੇ ਨਾਲ ਮੈਂ 300 ਤੋਂ 350 ਤੇ ਆ ਗਿਆ ਮੇਰਾ ਮੇਰੇ ਨਾਲ ਮੁਕਾਬਲਾ ਮੈਂ 500 ਤੇ ਆ ਗਿਆ ਮੇਰਾ ਮੇਰੇ ਨਾਲ ਮੁਕਾਬਲਾ ਦੂਜਾ ਜਿੱਥੇ ਵੀ ਕੋਈ ਕਰਦਾ ਉਹ ਵਧੀਆ ਆਪਣਾ ਆਨੰਦ ਲੈ ਰਿਹਾ ਮੈਂ ਆਪਣਾ ਆਪਣੇ ਆਪ ਤੋਂ ਵਧੀਆ ਬਣਨਾ ਜਿਹੜਾ ਬੰਦਾ ਫਾਈਨੈਂਸ਼ਲੀ ਦੂਸਰੇ ਵੱਲ ਕੰਪੈਰੀਸ਼ਨ ਕਰੇਗਾ ਫਿਰ ਉਹ ਫਿਜ਼ੀਕਲੀ ਉਹ ਬੜਾ ਸਟਰੋਂਗ ਹੈ ਉਹਦੇ ਸਿਕਸ ਪੈਕ ਨੇ ਉਹ ਲੰਬ ਕ ਲੰਬੇ ਕੱਦ ਦਾ ਹੈ ਉਹ ਰੰਗ ਗੂਰੇ ਵਾਲਾ ਉਹ ਐਦਾਂ ਉਹ ਐਦਾਂ ਉਹ ਐਦਾਂ ਇਹ ਨਹੀਂ ਤੇ ਫਿਰ ਮੈਂਟਲੀ ਫਾਈਨੈਂਸ਼ਲੀ ਵੀ ਫਿਜ਼ੀਕਲੀ ਵੀ ਤੇ ਮੈਂਟਲੀ ਵੀ ਅਸੀਂ ਤਿੰਨੇ ਰੂਪਾਂ ਦੇ ਵਿੱਚ ਕਿਸੇ ਨਾਲ ਮੁਕਾਬਲਾ ਨਾ ਕਰੀਏ ਅਸੀਂ ਜਿੱਥੇ ਹੈਗੇ ਆ ਆਪਣੇ ਆਪ ਨਾਲ ਮੁਕਾਬਲਾ ਰੱਖੋ ਆਪਣੇ ਆਪ ਨੂੰ ਸਵਾਰਨ ਦੀ ਕੋਸ਼ਿਸ਼ ਕਰੋ ਤੇ ਜਿੱਥੇ ਹੈਗੇ ਆ ਉੱਥੇ ਉਹਨੂੰ ਐਕਸੈਪਟ ਕਰੋ ਤੇ ਵਧੀਆ ਬੰਦੀ ਟਰਾਈ ਕਰੋ ਹਾਂ ਇਦਾਂ ਐ ਨਾ ਚਲੋ ਹੋਰ ਕੋਸ਼ਿਸ਼ ਕਰਾਂਗੇ ਆਪਣੀ ਪਰਸਨੈਲਿਟੀ ਨੂੰ ਹੋਰ ਸ਼ਿੰਗਾਰਾਂਗੇ ਹੋਰ ਵਧੀਆ ਬਣਾਵਾਂਗੇ ਇਹਦੇ ਵਾਸਤੇ ਅਸੀਂ ਯਤਨ ਕਰਾਂਗੇ ਕਿਸੇ ਨਾਲ ਮੁਕਾਬਲਾ ਨਾ ਕਰੀਏ ਸੋ ਤਾਂ ਕਰਕੇ ਇਹ ਜਿਹੜਾ ਪੈਟਰਨ ਸਾਡਾ ਸੋਚਣ ਦਾ ਕਿਵੇਂ ਦਾ ਇਹਦੇ ਤੇ ਵਰਕ ਜ਼ਰੂਰ ਕਰੋ assim, só o que é que